ਬਸ ਦੁੱਖ ਆ ਜੋਗੀ ਆ ਹੁਣ ਕਿਆ ਕਰੇ ਦੁੱਖ ਜਲੀ ਜਾਂਦਾ ਨਹੀਂ ਮੇਰਾ ਪੁੱਤ ਅੱਲਾ ਤੇ ਕੁਮਦੀਨੀ ਜਿਹਨੇ ਪਰੇਸ਼ਾਨ ਨਾ ਥੀ ਮੇਰੀ ਮਾਂ ਇਹ ਨਾ ਅੱਲਾ ਸਾਈਂ ਦੀ ਤਰਫੋਂ ਅਜ਼ਮਾਇਸ਼ ਹੁੰਦੀ ਹੈ ਪੁੱਤਰ ਆਵਣ ਨਾ ਆਵਣ ਇਹ ਅੱਲਾ ਪਾਕ ਦੇ ਦੇਖੋ ਅੱਲਾ ਪਾਕ ਦੀ ਚੀਜ਼ ਹੈ ਮੇਰਾ ਪੁੱਤ ਵੰਜੇ ਨਾ ਤਾਂ ਗਾਲੀਆਂ ਨਾ ਕੋਈ ਕੀ ਆ ਦੇਖੋ ਆਖਰ ਬੰਦਾ ਕੋਈ ਕਹਿੰਦਾ ਮੂੰਹ ਤੇ ਹੱਥ ਨਹੀਂ ਦੇ ਸਕਦਾ ਸਹੀ ਗੱਲ ਹੈ ਅੱਛਾ ਮੈਂ ਇਹ ਦੱਸ ਪੁੱਤਰ ਅੱਲਾ ਸਾਈਂ ਦੀ ਤੇ ਅੱਲਾ ਜੀ ਹਾਂ ਅੱਲਾ ਸਾਈਂ ਸੰਭਾਲ ਦੀ ਜਿਹਨੇ ਉਹਦੀ ਚੀਜ਼ ਹੈ ਹੈ ਇਹਦੇ ਕਿਉਂ ਬੈਠੀ ਪਰੇਸ਼ਾਨ ਥੀ ਨਹੀਂ ਰੋਂਦੀ ਬੈਠੀ ਅੱਲਾ ਤੇ ਭਰੋਸਾ ਰੱਖ ਸਾ ਤੇਰੇ ਪੁੱਤਰ ਹੈ ਬੇਫਿਕਰ ਥੀ ਨੇ ਅੱਲਾ ਸਾਈਂ ਦੇ ਤੇ ਹੀ ਨਾਲ ਤੇ ਨਰਾਜ਼ ਆ ਮੈਂ ਤੇ ਅੱਲਾ ਸਾਈਂ ਮਾਫ ਕਰੇ ਤੋ ਪਲੀ ਜਾ ਹੈ ਉਹਦੇ ਕੋਲ ਮਾਫੀ ਮੰਗਦੀ ਆ ਬਾਕੀ ਇਹ ਹੈ ਮੈਂ ਕੋ ਪੁੱਤਰ ਬਚ ਕੇ ਉਹਨਾਂ ਤਾਂ ਮੈਂ ਇਹ ਨੋ ਬਾਤ ਨਾ ਆਵਾਂ ਇੱਕ ਜੋ ਬਚ ਕੇ ਆ ਚਤਰਾ ਹਨ ਜਿੰਦੇ ਜਾਗਦੇ ਜੰਮੇ ਤੇ ਲੱਗੇ ਗਏ ਦੁੱਖ ਜਾਂ 6 ਮਹੀਨੇ ਬਿਮਾਰ ਠੀਕ ਰਹਿਣੇ 6 ਮਹੀਨੇ ਬਿਮਾਰ ਥੀ ਨੇ 6 ਮਹੀਨੇ ਠੀਕ ਰਹਿਣੇ 6 ਮਹੀਨੇ ਬਿਮਾਰ ਥੀ ਨੇ ਵਾਤ ਧਾਨੇ ਪੋਨੇ ਵਾਤ ਉਸ ਰਗਾ ਦੀ ਨੇ ਵਾਤ ਅੱਲਾ ਸੇ ਚਾ ਗਿੰਦਾ ਹੀ ਬਾਹਰ ਬਸ ਹੁਣ ਅੱਲਾ ਦੇ ਚੜੀ ਸੇ ਅੱਲਾ ਸੋਨੇ ਇਹ ਦੂ ਲਾਲ ਬਸਕਿਨ ਧੀਰੀ ਸਾਡੀ ਕਿ ਤਿੰਨ ਪੋਤਰੀ ਹਨ ਦੂ ਬੇਟੇ ਹਨ ਬਸ ਉਹ ਸ਼ਾਦੀ ਮਾਂ ਅੱਲਾ ਤੇ ਭਰੋਸਾ ਰੱਖ ਇਨਸ਼ਾਅੱਲਾ ਅੱਲਾ ਪਾਕ ਦੀ ਲੈਣਾ ਤੁਹਾਡੇ ਵਾਸਤੇ ਕੋਈ ਅੱਛਾ ਬੰਦੋਬਸਤ ਕਰੇ ਸੀ ਅੱਬਾ ਜੀ ਪਰੇਸ਼ਾਨ ਨਾ ਥਾਏ ਕਰੋ ਇਹ ਅਜ਼ਮਾਇਸ਼ ਤੁਸੀਂ ਵੀ ਰੋਜ਼ ਬੈਠੇ ਬਿਲਕੁਲ ਅੱਲਾ ਦੇ ਬੜੀ ਅੱਲਾ ਸੇ ਚੀਜ਼ ਦਿੱਤੀ ਹੈ ਬਿਲਕੁਲ ਅੱਲਾ ਸੇ ਦਿੱਤੀ ਹੈ ਨਾ ਅੱਲਾ ਸੇ ਦਾ ਮਾਲ ਹੈ ਉਂਗੇ ਨਹੀਂ ਗਿਦੇ ਅਸਾ ਕੋਈ ਬਾਤੀ ਅੱਲਾ ਤਾਲਾ ਦੀ ਬੜੀ ਅਲਹਮਦੁਲਿਲਾ ਅੱਲਾ ਦੇ ਬਕਿਆ ਇਨਸ਼ਾਅੱਲਾ ਤੁਸੀਂ ਇਹ ਜਿਹੜਾ ਆਪਣੇ ਅੰਮਾ ਬਾਦ ਇਕੱਠੇ ਗੁਜ਼ਰੇ ਸਾਂ ਬੇਫਿਕਰ ਥੀ ਨਹੀਂ ਰੋਵਣਾ ਪਰੇਸ਼ਾਨ ਨਾ ਥੀ ਬੜੇ ਮਿਹਰਬਾਨ ਰੋਵਣਾ ਮਿਹਰ ਕਰਨ ਜੋਗਾ ਹੀ ਤਾਂ ਇਹਦਾ ਹੈ ਹੁਣੀ ਜਵਾਬ ਦੀ ਨਹੀਂ ਆ ਕਿ ਮੇਰੀ ਹਸਤੀ ਨਹੀਂ ਕਰਦੀ ਬੋਤਲ ਬਾਬੇ ਕਿਤੇ ਮੈਂ ਆਪ ਕਰਾਂ ਸਲਾਮ ਰਹਿਮਾਨ ਰਹੀਮ ਅਸਲਾਮ ਅਲੈਕੁਮ ਰਹਿਮਤੁਲਲਾਹ ਬਰਕਾਤ ਸੋ ਪਿਆਰੇ ਨਾਜ਼ਰੀਨ ਮੈਂ ਅੱਜ ਜਿਨ ਬੂੜੇ ਵਾਲਦੈਨ ਕੋ ਬਾਤ ਪਹੁੰਚਾਉਣਾ ਹੈ ਕਿ ਔਲਾਦ ਤੋ ਹੈ ਲੇਕਿਨ ਔਲਾਦ ਬੇਟੀਆਂ ਹੈ 3 ਬੇਟੇ ਥੇ ਜੋ ਕਿ ਇਸ ਦੁਨੀਆ ਫਾਨੀ ਸੇ ਚਲੇ ਗਏ ਹੈ ਔਰ ਇਨਕਾ ਕੋਈ ਵੀ ਸਹਾਰਾ ਨਹੀਂ ਹੈ ਇਹ ਕਾਫੀ ਜ਼ਿਆਦਾ ਪਰੇਸ਼ਾਨ ਹੈ ਅੰਮਾ ਜੀ ਇਸ ਲਈ ਪਰੇਸ਼ਾਨ ਹੈ ਕਿ ਹਮਾਰਾ ਬੇਟਾ ਨਹੀਂ ਅਗਰ ਬੇਟਾ ਹੋਤਾ ਤੋ ਵੋ ਹਮਾਰਾ ਸਹਾਰਾ ਹੋਤਾ ਤੋ ਮੇਰੀ ਆਪ ਤਮਾਮ ਬਹਿਨ ਭਾਈਓ ਸੇ ਗੁਜ਼ਾਰਿਸ਼ ਹੈ ਆਪ ਸੋਚਤੇ ਹੈ ਨਾ ਕਿ ਹਮ ਆਪਣਾ ਜ਼ਕਾਤ ਸਦਕਾ ਖੈਰਾਤ ਫਿਤਰਾਨਾ ਕਿਸ ਕੋ ਦੇ ਤੋ ਇਹ ਫੈਮਲੀ ਵਾਕਿਆਤਨ ਹੀ ਮੁਸਤਹਿਕ ਹੈ ਆਪਕੇ ਸਦਕੇ ਜ਼ਕਾਤ ਖੈਰਾਤ ਕੀ ਤੋ ਆਪ ਸਭ ਸੇ ਗੁਜ਼ਾਰਿਸ਼ ਹੈ ਆਪ ਆਪਣਾ ਜਿਤਨਾ ਵੀ ਹੱਕ ਹਲਾਲ ਕਰੇ ਇਸ ਮੇ ਸੇ ਕੋਸ਼ਿਸ਼ ਕਰੇ ਇਨ ਤੱਕ ਆਪਣੀ ਅਮਾਨਤ ਪਹੁੰਚਾਏ ਇਨਸ਼ਾਅੱਲਾ ਆਪਕੀ ਦੀ ਗਈ ਅਮਾਨਤ ਇਫਤਾਰ ਤੱਕ ਹੀ ਪਹੁੰਚੇਗੀ ਜਜ਼ਾਕ ਅੱਲਾ ਅਸਲਾਮ ਅਲੈਕੁਮ ਵਰਹਮਤੁਲਲਾਹ ਵਬਰਕਾਤ